ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਪ੍ਰਤਪਾਲ ਸਿਆ ਤੁਹਾਡੇ ਦਾ ਸਵਾਗਤ ਕਰਦੀ ਹਾਂ ਅਮੀਰਨ ਵਰਲਡ ਦੇ ਵਿੱਚ। ਅਤੇ ਅੱਜ ਕਹਾਣੀਆਂ ਜੋ ਕਹਾਣੀਆਂ ਨਹੀਂ, ਇਸ ਵਿੱਚ ਆਪਾਂ ਇੱਕ ਵਾਰ ਫਿਰ ਅਮਿਤੋਜ ਦੀ ਬਹੁਤ ਖੂਬਸੂਰਤ ਲਿਖਤਾਂ ਦੇ ਵਿੱਚੋਂ ਇੱਕ ਕਵਿਤਾ ਹੈ। ਅਮਿਤੋਜ ਦੀ ਇਹ ਲਿਖਿਤ ਕਵਿਤਾ ਕੱਚ ਦੇ ਗਲਾਸ, ਆਸ ਕਰਦੀ ਹਾਂ ਜਿੰਨੀ ਮੈਨੂੰ ਪਸੰਦ ਆਈ ਆ ਉਨੀ ਤੁਹਾਨੂੰ ਵੀ ਪਸੰਦ ਆਏਗੀ, ਕਿਉਂਕਿ ਜਦ ਤੁਸੀਂ ਇਹਨੂੰ ਸੁਣੋਗੇ ਤਾਂ ਤੁਸੀਂ ਇਸਨੂੰ ਇਸ ਤਰ੍ਹਾਂ ਮਹਿਸੂਸ ਕਰੋਗੇ ਜਿਵੇਂ ਅਸਲ ਜ਼ਿੰਦਗੀ ਵਿੱਚ ਆਪ ਬੀਤੀ ਹੋਵੇ। ਅਸੀਂ ਕੋਈ ਕੱਚ ਦੇ ਗਲਾਸ ਤਾਂ ਨਹੀਂ ਕਿ ਹੱਥੋਂ ਟਿਕੀਏ, ਗੜਚ ਦੇਣੀ ਟੁੱਟ ਜਾਈਏ। ਆਖਰ ਅਸੀਂ ਦੋਸਤ ਹਾਂ ਮੇਰੇ ਯਾਰ। ਪਹਿਲਾਂ ਆਪਾਂ ਇੱਕ ਦੂਜੇ ਦੀਆਂ ਨਜ਼ਰਾਂ ਤੋਂ ਗਿਰਾਂਗੇ, ਤੇ ਫਿਰ ਹੌਲੀ ਹੌਲੀ ਟੁੱਟ ਜਾਵਾਂਗੇ। ਮੈਨੂੰ ਪਤਾ ਹੈ ਇਸ ਤਰ੍ਹਾਂ ਟੁੱਟਣ ਨਾਲ ਤਕਲੀਫ ਤਾਂ ਹੋ, ਪਰ ਅਸੀਂ ਕੱਚ ਦੇ ਗਲਾਸ ਤਾਂ ਨਹੀਂ ਕਿ ਹੱਥੋਂ ਟਿਕੀਏ ਤੇ ਕੜਚ ਦੇਣੀ ਟੁੱਟ ਜਾਈਏ। ਤੂੰ ਵੀ ਜਾਣਦਾ ਹੈ ਤੇ ਮੈਂ ਵੀ ਕਿੰਨਾ ਮੁਸ਼ਕਿਲ ਹੁੰਦਾ ਹੈ ਬੰਦ ਦਰਵਾਜ਼ੇ ਵੱਲ ਘੜੀ ਮੂੜੀ ਪਰਤਣਾ, ਆਉਂਦੇ ਜਾਂਦੇ ਸਾਹਾਂ ਦੇ ਰਾਹਾਂ ਵਿੱਚ ਦੀਵਾਰ ਖੜੀ ਕਰਨਾ ਤੇ ਚੌਂਕ ਤੇ ਖੜੇ ਰਹਿਣਾ ਕਿਸੇ ਇੱਕ ਦੇ ਇੰਤਜ਼ਾਰ ਵਿੱਚ। ਅਸੀਂ ਇੱਦਾਂ ਨਹੀਂ ਕਰਾਂਗੇ, ਅਸਲ 'ਚ ਅਸੀਂ ਇੱਦਾਂ ਹੀ ਕਰਾਂਗੇ। ਤੂੰ ਕਿਤੇ ਹੋਰ ਚਲਾ ਜਾਏਗਾ, ਮੈਂ ਕਿਤੇ ਹੋਰ। ਕਦੇ ਕਦਾਈ ਤੂੰ ਮੈਨੂੰ ਇੱਕ ਖੱਤ ਲਿਖੇਗਾ, ਉਸ ਖੱਤ ਵਿੱਚ ਲਿਖਿਆ ਹੋਊਗਾ, ਇੱਥੇ ਸਭ ਸੁੱਖ ਸਾਂਦ ਹੈ ਅਤੇ ਆਪ ਜੀ ਦੀ ਰਾਜੀ ਖੁਸ਼ੀ। ਪਰਮਾਤਮਾ ਪਾਸੋਂ ਨੇਕ ਮੰਗਦਾ ਹਾਂ। ਪੱਤਰ ਦੇ ਉੱਤਰ 'ਚ ਮਾਮੂਲੀ ਦੇਰੀ ਲਈ ਤੂੰ ਮੁਆਫ਼ੀ ਮੰਗੇਗਾ। ਮੈਂ ਤੈਨੂੰ ਸ਼ਾਦੀ ਦੀ ਸਾਲਗਿਰਾ 'ਤੇ ਛੋਟਾ ਮੋਟਾ ਗਿਫਟ ਭੇਜਾਂਗਾ ਅਤੇ ਤੂੰ ਪਿਤਾ ਜੀ ਦੇ ਅਚਾਨਕ ਗੁਜ਼ਰ ਜਾਣ 'ਤੇ ਮੇਰੇ ਨਾਲ ਹਮਦਰਦੀ ਜਤਾਏਗਾ। ਮੈਂ ਤੈਨੂੰ ਈਦ ਮੁਬਾਰਕ ਕਹਾਂਗਾ, ਤੂੰ ਮੈਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਭੇਜੇਗਾ। ਇੰਝ ਹੌਲੀ ਹੌਲੀ 31 ਦਸੰਬਰ ਉਹੀ ਠੰਡ ਸ਼ਾਮ ਆਵੇਗੀ ਜਦੋਂ ਸਾਡੇ ਗ੍ਰੀਟਿੰਗ ਕਾਰਡ ਕਿਸੇ ਡਾਕਖਾਨੇ ਵਿੱਚ ਟਕਰਾ ਜਾਣਗੇ ਅਤੇ ਟੁੱਟ ਜਾਣਗੇ। ਮੈਂ ਜਾਣਦਾ ਹਾਂ ਅਤੇ ਤੂੰ ਵੀ, ਇੰਝ ਟੁੱਟਣ ਨਾਲ ਥੋੜ੍ਹੀ ਤਕਲੀਫ ਤਾਂ ਹੋ, ਪਰ ਅਸੀਂ ਕੋਈ ਕੱਚ ਦਾ ਗਲਾਸ ਤਾਂ ਨਹੀਂ ਕਿ ਹੱਥੋਂ ਡਿੱਗੀਏ ਅਤੇ ਕੜਿੱਚ ਦਾਣੀ ਟੁੱਟ ਜਾਈਏ। ਆਖਿਰ ਅਸੀਂ ਦੋਸਤ ਹਾਂ ਮੇਰੇ ਯਾਰ। ਪਹਿਲਾਂ ਆਪਾਂ ਇੱਕ ਦੂਜੇ ਦੀਆਂ ਨਜ਼ਰਾਂ ਤੋਂ ਗਿਰਾਂਗੇ ਅਤੇ ਫਿਰ ਹੌਲੀ ਹੌਲੀ ਟੁੱਟ ਜਾਵਾਂਗੇ। ਥੈਂਕ ਯੂ ਫੋਰ ਵਾਚ। ਕਹਾਣੀਆਂ ਜੋ ਕਹਾਣੀਆਂ ਨਹੀਂ, ਇਸ ਦੀਆਂ ਹੋਰ ਖੂਬਸੂਰਤ ਕਹਾਣੀਆਂ ਸੁਣਨ ਦੇ ਲਈ ਸਬਸਕ੍ਰਾਈਬ ਅਮੀਰਨ ਵਰਲਡ ਐਂਡ ਪ੍ਰੈਸ ਦ ਬੈਲ ਆਈਕਨ ਫੋਰ ਨੋਟੀਫਿਕੇਸ਼ਨਸ। ਥੈਂਕ ਯੂ। ਡੋਂਟ ਫੋਰਗੈਟ ਟੂ ਸਬਸਕ੍ਰਾਈਬ ਅਮੀਰਨ ਵਰਲਡ। ਥੈਂਕ ਯੂ।